ना सारा मैकेनिकल है। अच्छा सारा मैकेनिकल ये जो फंडामेंटल है ही मैकेनिकल का। मैं लोगों को यह कई बार पूछते हैं भी ये थोड़े को दुर्लभ चीज़ा अच्छा दुर्लभ नहीं है साडा यह बच्चों विज्ञान सिखाने का जरिया है भी एक स्टिल फोटो तो वीडियो किवें बनती है एक जी मूवमेंट की चीज़ है वो खड़ी किवें दिख सकती है। मेरे को जोड़ा टाइम मिलता है ओ हाँ पुराने वाला है तो सर तू कि लग गया है यार तक बहुत पुराना है यार फोटोफोन एक अपने साइंस कॉलेज है डीएवी कॉलेज बठिंडा। अच्छा जी ये उन्होंने भेजा सू अच्छा ये भेजा कि उन्होंने कबाड़ पाया से यह बन जू वीडियो रोशनी तो मैं तो मैं चलता रखा ना तुम लो जी बहुत ज्यादा ही पुराना है कुछ तो 60 साल तो उपर है ਕਿਹੜੀ ਇਹਦੀ ਆਕੜੀ ਉਹ ਡਿਸਪਲੇ ਸਾਰਾ ਹੀ ਅਪ ਡਾਊਨ ਕਰਦਾ ਕਿ ਉਨੀ ਹੀ ਹੈ ਬਸ ਹਾਂ ਇਧਰੋਂ ਦਿਖਾ ਲਓ ਚੱਲਦਾ ਆ ਪਾਸੇ ਨਹੀਂ ਇਹ ਸਾਊਂਡ ਨਹੀਂ ਦਿੰਦਾ ਜੀ ਹੈ ਸਾਊਂਡ ਨਹੀਂ ਦਿੰਦਾ ਸਾਊਂਡ ਆਉਂਦੀ ਹੈ ਇਹ ਫਿਲਮ 'ਚ ਬਾਈ ਚਾਂਸ ਸਾਇਲੈਂਟ ਹੈ ਮੇਰੇ ਕੋਲ ਅੱਛਾ ਜੀ ਇਹ ਜਿਹੜਾ 18 ਐਮ 16 ਐਮ ਦਾ 16 ਐਮ ਹਾਂ 16 ਐਮ ਦਾ ਜਿਹੜਾ ਸਪੂਲ ਹੈ ਇਹਦਾ ਅੱਛਾ ਜੀ ਹਾਂ ਆ ਦੇਖੋ ਚੱਲ ਰਿਹਾ ਹੈ ਅੱਜ ਦੇਖੇ ਯਾਰ ਬੜੇ ਨੇੜੇ ਤੋਂ ਮੈਨੂੰ ਪਹਿਲਾਂ ਨਹੀਂ ਫਿਲਮ ਨਹੀਂ ਮਿਲ ਸਕੀ ਫਿਰ ਉਹ ਵੀ ਇਹ ਕੁੜੀ ਨੇ ਇਟਲੀ ਤੋਂ ਭੇਜੀ ਹੈ ਫਿਲਮ ਲੈ ਕੇ ਅੱਛਾ ਜੀ ਚਲੋ ਕੁਛ ਵੀ ਆਪਾਂ ਤਾਂ ਹਾਂ ਨਾ ਲੈਂਪ ਹੈ ਜੀ ਬੱਲਬ ਹੈ ਅੱਛਾ ਇਹਦੇ ਵਿੱਚ ਬੱਲਬ ਹੈ ਬੜਾ ਸਪੈਸ਼ਲ ਬੱਲਬ ਹੈ ਬਹੁਤ ਵੱਡਾ 1000 ਵਾਟ ਦਾ ਬੱਲਬ ਹੈ ਠੀਕ ਹੈ ਹੁਣ ਇਹਦੀ ਹਿਸਟਰੀ ਦੱਸੋ ਜੀ ਆ ਬੱਲਬ ਦੀ ਗੱਲ ਵੀ ਪੜੇ ਹਾਂ ਇਹਦਾ ਮੂੰਹ ਇੱਧਰ ਨੂੰ ਹੋ ਗਿਆ ਹਨਾ ਦੇਖਣ ਨੂੰ ਇੱਧਰੋਂ ਬੰਦਰ ਦਿਖਦਾ ਤੇ ਨਹੀਂ ਬਸ ਉਹ ਘੁਮਾ ਗਏ ਜੀ ਕੋਈ ਚੱਕਰ ਨਹੀਂ ਪਹਿਲਾਂ ਵੀ ਦੋਸਤੋ ਇਹ ਜਿਹੜਾ ਪ੍ਰੋਜੈਕਟਰ ਹੈ 16 ਐਮ ਐਮ ਦਾ ਪ੍ਰੋਜੈਕਟਰ ਇਹ ਡੀ ਏ ਵੀ ਸਾਇੰਸ ਕਾਲਜ ਹੈ ਆਪਣੇ ਬਠਿੰਡਾ ਅਤੇ ਅਸਲ 'ਚ ਉਹਨਾਂ ਦੇ ਇੱਥੇ ਬੱਚੇ ਵਿਜਿਟ ਕਰਨ ਆਏ ਅਤੇ ਉਹ ਸਾਨੂੰ ਇਹ ਗਿਫਟ ਦੇ ਗਏ ਖੜਾ ਤੀ ਉਹਨਾਂ ਕੋਲ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕਬਾੜ ਹੋ ਗਿਆ ਕਿਉਂਕਿ ਨਾ ਇਹ ਚੱਲਦਾ ਨਾ ਸਾਨੂੰ ਇਹਦੇ ਬਾਰੇ ਪਤਾ ਕੁਛ ਨਾ ਇਹਦੀ ਫਿਲਮ ਹੈ ਅਤੇ ਉਹ ਵੀ ਉਹਨਾਂ ਕੋਲ ਮੀਨਿੰਗਲੈਸ ਸੀ ਤਾਂ ਉਹ ਸਾਨੂੰ ਦੇ ਗਏ ਤਾਂ ਇਹਨੂੰ ਫਿਰ ਅਸੀਂ ਮੇਰਾ ਖਿਆਲ ਵੀ ਹਫ਼ਤਾ ਕੁ ਲੱਗਿਆ ਇਹਦੇ ਨਾਲ ਫਿਰ ਕੁਸ਼ਤੀ ਲੜੀ ਕੁਸ਼ਤੀ ਤਾਂ ਲੜਨੀ ਪੈਣੀ ਸੀ ਲੜ ਕੇ ਫਿਰ ਚੱਲਦਾ ਹੋ ਗਿਆ ਜਿਉਂਦਾ ਹੋ ਗਿਆ ਹੁਣ ਇਹ ਅਤੇ ਅਸੀਂ ਉਹਨਾਂ ਨੂੰ ਫਿਰ ਆਹ ਜਿਹੜਾ ਹੈਗਾ ਇਹਦਾ ਕੰਟਰੋਲਰ ਇਹ ਤੋਂ ਬਿਨਾਂ ਅਸੀਂ ਚਲਾਇਆ ਪਹਿਲਾਂ ਮੱਥਾ ਮਾਰ ਕੇ 110 ਵੋਲਟ ਦਾ ਇਹ ਤਾਂ ਸੇਵਕ ਸਿੰਘ ਜੀ ਮੈਨੂੰ ਸਪੈਸ਼ਲ ਫਿਰ ਕਾਲਜ ਜਾਣਾ ਪਿਆ ਉਹਨਾਂ ਦਾ ਕਬਾੜ ਵਾਲਾ ਕਮਰਾ ਦੇਖਣਾ ਪਿਆ ਮੈਂ ਮੈਂ ਆਪੇ ਲੱਭ ਲੂੰ ਅੱਛਾ ਜੀ ਜਦ ਮੈਂ ਇਹਦੀ ਪਿੱਛੇ ਦੇਖਿਆ ਮਹਾਂ ਵੀ ਉਹ ਚੀਜ਼ ਹੋ ਸਕਦੀ ਉਹ ਕੱਢ ਦਿਓ ਠੀਕ ਹੈ ਅਤੇ ਦੇਖਿਆ ਵੀ ਉਹੀ ਟਰਾਂਸਫਾਰਮਰ ਹੈ ਜਿਹੜਾ ਦਾ ਵਰਕ ਅੱਛਾ 220 ਤੋਂ 110 ਆ ਜੀ ਹਾਂ 110 110 ਹਾਂ 110 ਵੋਲਟ ਜੇ ਤਾਂ ਫਿਰ ਤੁਸੀਂ ਆਪ ਵੀ ਉਹਦਾ ਹੈਂਡਲ ਕਰ ਲੈਣਾ ਸੀ ਉਹ ਨਹੀਂ ਮੇਰੇ ਕੋਲ ਹੈਗਾ ਪਰ ਇਹ ਉੱਥੇ ਸਾਨੂੰ ਓਰੀਜਨਲ ਹੀ ਲੱਭ ਗਿਆ ਨਾ ਓਰੀਜਨਲ ਹੀ ਮਿਲ ਗਿਆ ਸਾਰਾ ਕੁਛ ਦਾ ਓਰੀਜਨਲ ਹੈ ਇਹਦੇ ਵਿੱਚ ਆਹ ਦੇਖੋ ਇਹ ਵੀ ਫੋਟੋ ਫੋਨ ਦਾ ਜੀ ਫੋਟੋ ਫੋਨ ਹਾਂ ਇਹ ਆਪਰੇਟ ਕਰਨ ਤੋਂ ਪਹਿਲਾਂ ਫਿਰ ਤੁਹਾਨੂੰ 110 ਦਾ ਪਤਾ ਕਿਵੇਂ ਲੱਗਾ ਵੀ 110 ਹੈ ਇਹ 40 ਸਾਲ ਹੋ ਗਏ ਹੁਣ ਬੀਜੀ ਦੇ ਕੰਮ 'ਚ ਹੁਣ ਤਾਂ ਚੀਜ਼ਾਂ ਦੀ ਸ਼ਕਲ ਦੇਖ ਕੇ ਇਹਦੇ ਅੰਦਰ ਜਿਹੜੀ ਮੋਟਰ ਲੱਗੀ ਉਹ 110 ਦੀ ਹੈ 110 ਦੀ ਆ ਹਾਂ ਲੈਂਪ ਹੈ ਉਹ 110 ਖੋਲ ਖੋਲਿਆ ਨਾ ਫਿਰ ਤਾਂ ਪਤਾ ਲੱਗ ਗਿਆ ਉੱਥੋਂ ਪਤਾ ਲੱਗ ਗਿਆ ਓਕੇ ਓਕੇ ਸਮਾਨ ਕੋਈ ਅਲੱਗ ਤੋਂ ਪਾਉਣਾ ਪਿਆ ਕਿ ਚਾਲੂ ਆਈ ਹੋਵੇ ਨਹੀਂ ਸਮਾਨ ਤਾਂ ਇਹਦਾ ਕੋਈ ਨਹੀਂ ਮੈਨੂੰ ਪਾਉਣਾ ਪਿਆ ਅਤੇ ਵੈਸੇ ਗੇਅਰ ਕਰਾ ਰਹੀ ਹੈ ਥੋੜ੍ਹਾ ਠੀਕ ਕਰਦਾ ਰਾਤ ਵੀ ਤਾਂ ਹੀ ਖੋਲਿਆ ਹੋਇਆ ਸੀ ਰਾਤ ਇਹਦੀ ਇੱਕ ਪਿੰਨ ਦੇ ਸ਼ਾਫਟ ਹੈ ਉਹ ਪਿੱਛੋਂ ਅਸਲ 'ਚ ਖੁੱਲ੍ਹੀ ਹੋਈ ਤੀ ਇਹ ਤੰਗ ਕਰ ਰਹੀ ਤੀ ਫਿਰ ਰਾਤ ਦੁਬਾਰਾ ਇਹਦਾ ਆਪਰੇਸ਼ਨ ਕੀਤਾ ਫਿਰ ਚੱਲਦਾ ਕੀਤਾ ਉਹ 35 ਐਮ ਐਮ ਦਾ 35-50-70 ਉਹ ਹਾਂ 3 ਫਾਰਮੈਟ ਚੱਲਦੇ ਨਾ ਉਹ ਤਾਂ ਬਹੁਤ ਵੱਡਾ ਅਤੇ ਇਹ ਤਾਂ ਹੈਗਾ ਦੇਖੋ ਘਰੇਲੂ ਵਰਤੋਂ ਦਾ ਉਹ ਜਿਹੜਾ ਪ੍ਰੋਜੈਕਟਰ ਹੈ ਉਹ ਹੁੰਦਾ ਸੀ ਸਿਨੇਮੇ ਦਾ ਜਾਣੀ ਕਿ ਉਹਦੀ ਪ੍ਰੋਜੈਕਟਰ ਤੋਂ ਲੈ ਕੇ ਸਕਰੀਨ ਦੀ ਦੂਰੀ 110 ਫੁੱਟ ਸੀ ਅਤੇ ਜਿਹੜੀ ਉਹਦੀ ਸਕਰੀਨ ਹੈ ਹੇਠਾਂ ਪਈ ਹੈ ਸਾਡੇ ਕੋਲ ਓਰੀਜਨਲ ਸਕਰੀਨ ਹੈ ਉਹਦੇ ਬਾਰੇ ਮੈਂ ਕੁਛ ਵੀਡੀਓ 'ਚ ਸੁਣਿਆ ਸੀ ਵੀ ਬੜੀ ਖਾਸ ਸਕਰੀਨ ਸੀ ਸੰਗਰੂਰ ਫਿਲਮੇ ਦੀ ਉਹ 42 ਫੁੱਟ ਲੰਬੀ ਹੈ 23 ਫੁੱਟ ਉੱਚੀ ਹੈ ਉਹਦਾ ਅਸੀਂ ਖਿਲਾਰ ਕੇ ਦੇਖਿਆ ਸਾਡੇ ਸਲੈਬ 'ਚ ਵੀ ਨਹੀਂ ਖੜਦੀ ਉਹ ਤਾਂ ਬਹੁਤ ਵੱਡੀ ਹੈ ਉਹ ਸੰਭਾਲ ਕੇ ਰੱਖੀ ਹੋਈ ਹੈ
ਇੱਕ ਯਾਦਗਾਰ ਦੇ ਤੌਰ ਤੇ ਪਈ ਆ ਹੋਰ ਤਾਂ ਹੁਣ ਅਸੀਂ ਦੱਸ ਦਿੰਦੇ ਇਹਦੇ ਵਿੱਚ ਵੀ ਸਾਰਾ ਕੁਝ ਮਕੈਨੀਕਲ ਹੀ ਹੈ ਕਿ ਇਲੈਕਟ੍ਰੋਨ ਤੋਂ ਜਾਂ ਨਹੀਂ ਨਾ ਸਾਰਾ ਮਕੈਨੀਕਲ ਹੈ ਸਾਰਾ ਮਕੈਨੀਕਲ ਇਹ ਜਿਹੜਾ ਫੰਡਾਮੈਂਟਲ ਹੈ ਹੀ ਮਕੈਨੀਕਲ ਦਾ ਮੈਂ ਲੋਕਾਂ ਨੂੰ ਇਹ ਕਈ ਵਾਰ ਪੁੱਛਦੇ ਨੇ ਵੀ ਇਹ ਤੁਹਾਡੇ ਕੋਲ ਦੁਰਲੱਭ ਚੀਜ਼ਾਂ ਅਜਿਹਾ ਦੁਰਲੱਭ ਨਹੀਂ ਹੈ ਸਾਡਾ ਇਹ ਬੱਚਿਆਂ ਨੂੰ ਵਿਗਿਆਨ ਸਿਖਾਉਣ ਦਾ ਜ਼ਰੀਆ ਵੀ ਇੱਕ ਸਟਿਲ ਫੋਟੋ ਤੋਂ ਵੀਡੀਓ ਕਿਵੇਂ ਬਣਦੀ ਅਤੇ ਇੱਕ ਜਿਹੜੀ ਮੂਵਮੈਂਟ ਦੀ ਚੀਜ਼ ਹੈ ਉਹ ਖੜ੍ਹੀ ਕਿਵੇਂ ਦਿਖ ਸਕਦੀ ਇਹ ਮਸ਼ੀਨਾਂ 22 ਵਰਸਾਂ ਨੇ ਇਹ ਸਾਡਾ ਸਮਝਣ ਵਾਸਤੇ ਮਤਲਬ ਈਜ਼ੀ ਨੇ ਕਿਉਂਕਿ ਇਹ ਮਕੈਨੀਕਲ ਨੇ ਸਿੰਪਲੀਸਿਟੀ ਨੇ ਚੱਲਦੀਆਂ ਦਿਖਦੀਆਂ ਨੇ ਜੇ ਹੁਣ ਆਪਾਂ ਅੱਜ ਮੋਬਾਈਲ 'ਚ ਦੇਖੀਏ ਵੀ ਮੋਬਾਈਲ 'ਚ ਵੀਡੀਓ ਪਿੱਛੋਂ ਕਿਵੇਂ ਆ ਰਹੀ ਹੈ ਤਾਂ ਪਤਾ ਲੱਗਦਾ ਇੱਥੇ ਸਮਝਣਾ ਸਿਖਾਲਾ ਵੀ ਇਹਦੇ ਫਾਰਮੂਲੇ ਕੀ ਨੇ ਅਸੀਂ ਇਹ ਚੀਜ਼ਾਂ ਨੂੰ ਕੋਈ ਮਿਊਜ਼ੀਅਮ ਮੰਨ ਕੇ ਨਹੀਂ ਰੱਖਦੇ ਇਸੇ ਕਰਕੇ ਜਿਹੜੀ ਚੀਜ਼ ਸਾਡੇ ਕੋਲ ਆ ਜਾਂਦੀ ਹੈ ਅਸੀਂ ਉਹਨੂੰ ਪਹਿਲਾਂ ਚਲਾਉਣ ਨੂੰ ਤਾਂ ਤਰਜੀਹ ਦਿੰਦੇ ਹਾਂ ਵੀ ਸਾਡੇ ਕੋਲ ਤਾਂ ਇਹ ਸਿੱਖਣ ਲਈ ਲੋਕ ਆਉਂਦੇ ਨੇ ਵੀ ਇਹ ਚੀਜ਼ਾਂ ਕਿਵੇਂ ਕੰਮ ਕਰਦੀਆਂ ਜਿਵੇਂ ਆਪਾਂ ਟੈਸਲਾ ਵਾਲੀ ਗੱਲ ਛੇੜੀ ਸੀ ਹਾਂਜੀ ਤਾਂ ਕਿ ਇਸ ਟੈਕਨੋਲੋਜੀਆਂ ਨੂੰ ਸਮਝ ਕੇ ਵੀ ਪਹਿਲਾਂ ਕੀ ਸੀ ਉਦੋਂ ਬਾਅਦ ਕੀ ਹੋਇਆ ਅੱਜ ਕੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਉਹਦੇ ਵਿੱਚ ਸੁਧਾਰ ਕਰ ਸਕੇ ਕਰ ਸਕ ਰਾਤੋਂ ਰਾਤ ਸੁਧਾਰ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਤਾਂ ਗੱਲ ਪੀੜ੍ਹੀਆਂ ਨਹੀਂ ਪੜ੍ਹਾਈ ਹੁੰਦੀ ਹੁੰਦੀ ਕਿਸੇ ਕੰਮ ਨੂੰ ਚੇਂਜ ਕਰ ਦਿੰਦੇ ਠੀਕ ਹੈ ਹਾਂ ਮਾਈਕ ਐਂ ਤਾਂ ਮੈਂ ਹੁਣ ਚਲਾਇਆ ਨਹੀਂ ਸਪੀਕਰ ਉਹ ਮਾਈਕ ਹਾਂ ਉਹ ਤਾਂ ਹੈ ਰੇਡੀਓ ਹੈ ਟਿਊਬਲ ਹੈ ਟਿਊਬਾਂ ਦੇਖਣਾ ਅੱਛਾ ਅੱਜ ਸਪੀਕਰ ਆ ਨਹੀਂ ਭਰਾਵਾ ਮੈਂ ਦਿਖਾ ਦੇਣਾ ਮੈਂ ਮੈਨੂੰ ਸਰਾਫ ਦੇ ਕੇ ਜਾਵੇਗਾ ਉਹ ਤਾਂ ਦੂਜੀ ਲੱਗੀ ਹੈ ਨਾ ਉਹ ਦੂਜੀ ਐਂਪਲੀਫਾਇਰ ਪੈਨ ਆ ਨਾਲ ਦੀ ਹੈ ਯਾਰ ਬੜੀ ਸਪੈਸ਼ਲ ਹੈ ਮੈਂ ਕਿਹਾ ਕਿਤੇ ਹੁਣੇ ਬਦਲੀ ਹੈ ਨਾ 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 ਮੈਂ ਰਾਤ ਬੜੀ ਕਮਾਲ ਦੀ ਪਿੰਨ ਹੈ ਤੁਹਾਨੂੰ ਡੀਜ਼ਲ ਨੂੰ ਪਤਾ ਹੋਊਗਾ ਵੀ ਹੈ ਬਹੁਤ ਹੈਵੀ ਬਹੁਤ ਜਗਾੜਾ ਹੋ ਰਿਹਾ ਜੇ ਮੈਂ ਤੁਹਾਨੂੰ ਮਤਲਬ ਪਲਾਸਟਿਕ ਹੋਣ ਲੱਗੀ ਸਾਰੀ ਹੁਣ ਨਾ ਹੁਣ ਵਾਲੀ ਦੀ ਬਣਤਰ ਦਿਖਾਵਾਂ ਨਾ ਮੇਰੇ ਕੋ ਪਈਆ ਰਾਤ ਮੈਂ ਲਾਈ ਸੀ ਉਹ ਬਾਅਦ ਚ ਪਛਤਾਇਆ ਵੀ ਇਹ ਮੈਂ ਤਾਂ ਗਲਤੀ ਨਾਲ ਲਾਤੀ ਸੀ ਫਿਰ ਇਹਨੂੰ ਖੋਲ ਕੇ ਲਾਇਆ ਇਹਦਾ ਰਾਤ ਚਾਲੂ ਕੀਤਾ ਨਾ ਇਹ ਅੱਛਾ ਜੀ ਦਿਖਾਈ ਮਟਾਈ ਦਰ ਅੱਛਾ ਵਾਹ ਮੈਂ ਜਿਹੜਾ ਵੇਖੀ ਇਹੋ ਜਿਹਾ ਰੇਡੀਓ ਚ ਹੁੰਦਾ ਹੈ ਨਾ ਹਾਂ ਪਹਿਲਾਂ ਹੁੰਦਾ ਸੀ ਹਾਂ ਇਹਦੀ ਮੈਂ ਪੈਨ ਲੈ ਕੇ ਆਉਣਾ ਬੋਸ਼ ਵਗੈਰਾ ਦਾ ਰੇਡੀਓ ਹੁੰਦਾ ਜੰਮਰ ਹੁੰਦੇ ਸੀਗੇ ਕਿਹੜੇ ਪੁਰਾਣੇ ਰੇਡੀਓ ਸੀ ਉਹਦੇ ਅੰਦਰ ਹੁੰਦਾ ਸੀ ਇਹ ਟੇਢਾ ਹੀ ਕੰਮ ਕਾਫੀ ਕੁਝ ਲੱਗਾ ਜੀ ਇਲੈਕਟ੍ਰੋਨਿਕਸ ਵੀ ਕੁਝ ਵੀ ਕਵਰ ਲਾਈਨ ਰਾਤ ਕਿੱਥੇ ਰੱਖਤੀ ਆਪਾਂ ਗੁੱਲੀ ਜੀ ਲਾਈ ਤੇ ਜਿਹੜੀ ਆਪਾਂ ਡੱਬਾ ਕਿੱਥੇ ਤੇ ਰੱਖਤੀ ਇਹ ਸਾਰਾ ਚੱਲਦਾ ਐਂਪਲੀਫਾਇਰ ਹਾਂਜੀ ਮੈਂ ਆ ਦੇਖੋ ਇੱਕ ਮਿੰਟ ਆਹ ਟੂਬਾ 1000 ਵਾਲੇ ਲੱਗੇ ਆ ਲਓ ਆ ਦੇਖੋ ਇਹਦਾ ਸਪੀਕਰ ਓਰੀਜਨਲ ਫੋਟੋ ਫੋਨ ਦਾ ਸਪੀਕਰ ਇਹਦੇ ਨਾਲ ਆਇਆ ਅੱਛਾ ਇਹਦੇ ਵਿੱਚ ਰੇਡੀਓ ਆ ਜੀ ਰੇਡੀਓ ਨਾ ਰੇਡੀਓ ਨਹੀਂ ਹੈ ਐਂਪਲੀਫਾਇਰ ਟਿਊਬ ਵਾਲਾ ਹੈ ਐਂਪਲੀਫਾਇਰ ਐਂਪਲੀਫਾਇਰ ਟਿਊਬ ਵਾਲਾ ਇਹ ਆ ਦੇਖੋ ਦੋਸਤੋ ਇਹਦੀ ਪਿੰਨ ਦਾ ਫਰਕ ਦਿਖਾਵਾਂ ਜਿਹੜੀ ਇਹਦੀ ਪਿੰਨ ਹੈ ਜਦੋਂ ਤੁਸੀਂ ਰਾਤ ਲਗਾਈ ਹੈ ਇਹ ਜਦੋਂ ਅੱਗੇ ਲਾਉਣਾ ਤਾਂ ਇੱਥੇ ਪੱਤੀਆਂ ਆ ਜਾਂਦੀਆਂ ਲੂਜ਼ ਹੋ ਜਾਂਦੀ ਹੈ ਇਹਦੀ ਪਿੰਨ ਮੂਹਰੋਂ ਰਾਊਂਡ ਕਿੰਨੀ ਬਣਾਈ ਗੋਲ ਕੀਤੀ ਹੈ ਯਾਨੀ ਇਹ ਉਹਦੇ ਵਿੱਚ ਜਾ ਕੇ ਸੌਕਟ 'ਚ ਜਾ ਕੇ ਫ੍ਰੀ ਨਹੀਂ ਹੁੰਦੀ ਅੱਛਾ ਇੱਥੇ ਲੱਗਦਾ ਮਾਈਕ ਹਾਂ ਇਹ ਇੱਥੇ ਇਹ ਸਪੀਕਰ ਨੂੰ ਲੱਗੀ ਹੋਈ ਹੈ ਸਪੀਕਰ ਸਪੀਕਰ ਇੱਥੇ ਲੱਗ ਗਿਆ ਆਹ ਸਪੀਕਰ ਲੱਗਿਆ ਠੀਕ ਹੈ ਆਹ 2 ਨੰਬਰ 170 ਦੇ ਇਹ ਉੱਪਰਲੇ ਹਾਂ ਠੀਕ ਹੈ ਇੱਕ ਮਿੰਟ ਮੈਂ ਹੁਣ ਔਨ ਕੀਤਾ ਠੀਕ ਹੈ ਆ ਜੂ ਆਵਾਜ਼ ਐਂਪਲੀਫਾਇਰ ਦੇ ਵਿੱਚ ਪਰ ਇਹਦੇ ਵਿੱਚ ਫਿਲਮ ਦੇ ਵਿੱਚ ਆਵਾਜ਼ ਬਹੁਤ ਘੱਟ ਮਤਲਬ ਡਿਸਟਰਬੈਂਸ ਹੈਗੀ ਥੋੜ੍ਹੀ ਜਿਹੀ ਉਹ ਤਾਂ ਅਤੇ ਫਿਰ ਉਹਦੇ ਵਿੱਚ ਉਹ ਟਰੈਕ ਹੈ ਨਹੀਂ ਆਵਾਜ਼ ਵਾਲਾ ਹੈਗਾ ਅੱਛਾ ਆਵਾਜ਼ ਵਾਲਾ ਹੈ ਹਾਂ ਆਵਾਜ਼ ਦੀ ਹਲੇ ਕਮੀ ਹੈਗੀ ਹੈ ਹੋ ਸਕਦਾ ਇਹ ਆਵਾਜ਼ ਥੋੜ੍ਹੀ ਮੋਟੀ ਆਉਂਦੀ ਹੋਵੇ ਹਾਂ ਆਵਾਜ਼ ਆਉਂਦੀ ਹੈ ਪਰ ਪੂਰੀ ਨਹੀਂ ਹੈ ਮਕੈਨੀਕਲ ਕਾਫੀ ਲੱਗਿਆ ਹੋਇਆ ਬਹੁਤ ਨਾਲੇ ਕੰਜੈਸ਼ਨ 'ਚ ਬਣਿਆ ਹੋਇਆ ਬਹੁਤ ਛੋਟੇ ਸਿਰ 'ਚ ਇਹ ਇੰਡੀਆ ਦਾ ਹੀ ਹੈ ਜੀ ਇਹ ਮਾਈਕ ਨੇੜੇ ਜਾ ਰਿਹਾ ਇਹਦੇ ਹੈਡ ਦੇ ਇਸ ਕਰਕੇ ਫ੍ਰੀਕੁਐਂਸੀ ਕੈਚ ਕਰਦਾ
ਆਪਾਂ ਇੱਥੇ ਨੇੜੇ ਆਉਂਦੇ ਹਾਂ ਨਾ, ਆਵਾਜ਼ ਲੈ ਰਿਹਾ ਪਰ ਆਹ ਗੁੱਲੀ ਤਾਂ ਦੇਖ ਕੇ ਯਕੀਨ ਮੰਨੋ ਮੈਂ ਪੂਰੀ ਖੋਲ ਕੇ ਦਿਖਾਉਣਾ, ਮੈਨੂੰ ਲੱਗਦਾ ਵੀ ਐਡਾ 16,000 ਰੁਪਏ ਤੱਕ ਦੇ ਸੋਫਟੇ ਨਹੀਂ ਦੇਖਿਆ ਪੂਰੀ ਲਾਈਫ 'ਚ, ਵੀ ਇੰਨਾ ਵਧੀਆ ਵੀ ਹੁੰਦਾ, ਇੰਨਾ ਮਜ਼ਬੂਤ ਮਜ਼ਬੂਤ ਬਹੁਤ ਜ਼ਿਆਦਾ ਜੀ, ਬਿਲਕੁਲ ਖਿੰਡ ਜਾਂਦਾ ਇਹਦੀ ਕੁਆਲਿਟੀ ਦਾ ਤੇ ਇਹਦਾ ਜ਼ਮੀਨ ਸੰਬੰਧ ਹੈ।